तीन कानूनों नूं रद्द कराउण दी लड़ाई तुसीं जित ली है जां अंदोलन दा दौरान जिहड़ियां पैदा होईआं ने गल्लां ਉਹ ਅਜੇ ਰਹਿੰਦੀਆਂ ਬਾਕੀ ਨੇ ਉਹਨਾਂ ਬਾਰੇ ਪ੍ਰਧਾਨ ਮੰਤਰੀ ਨੂੰ ਅਸੀਂ ਪਿਛਲੇ ਦਿਨੀ ਚਿੱਠੀ ਲਿਖ ਕੇ ਭੇਜੀ ਹੈ ਕਿ ਇਹਨਾਂ ਦਾ ਨਿਪਟਾਰਾ ਵੀ ਕੀਤਾ ਜਾਵੇ ਪਰ ਸਰਕਾਰ ਵੱਲੋਂ ਬਜਾਏ ਉਹ ਨਿਪਟਾਰਾ ਬੈਠ ਕੇ ਕਰਨ ਦੇ ਟੁੱਟਵੀਆਂ ਗੱਲਾਂ ਉੱਧਰ ਆ ਰਹੀਆਂ ਨੇ ਕਿ ਇਹ ਮਸਲੇ ਦਾ ਇਹ ਹੱਲ ਕੱਢ ਲਾਂਗੇ ਠੋਸ ਨਿਪਟਾਰਾ ਅਜੇ ਨਹੀਂ ਬਣ ਰਿਹਾ ਮੋਰਚਾ 1 ਤਰੀਕ ਨੂੰ ਉੱਠ ਜੂਗਾ ਮੋਰਚਾ 2 ਤਰੀਕ ਨੂੰ ਉੱਠ ਜੂਗਾ इस तरह दी अफवाहां ही हुंदियां ने। किसान आगू जोगिंदर सिंह उगराहां दा कहना है कि जो मंगा अजे बाकी ने उन्हां दा सरकार कोई ठोस निपटारा नहीं कर रही मोर्चा खत्म हो रहा है अजिहियां अफवाहां तो बचना चाहीदा जदों तक मंगा ते तसल्ली बख्श निपटारे दी गल साडे हक च नहीं आउंदी सानू मोर्चे ते बैठना चाहीदा ते लम्मा समा बैठन दी तैयारी भी रखनी चाहीदी है। सत्कारयोग साथियो मैं जोगिंदर सिंह उगराह हाँ सूबा प्रधान भारतीय किसान एकता उगराह हाँ थोड़े लंबे संघर्ष का छिट्टा तीन कानूनों रद्द कराने की लड़ाई तुसीं जित ली है यानी यह कहा जा सकता है कि बड़े मुद्दों की जित हो गई है पर उहदे नाल लगदियां जिहड़ियां मंगां जां अंदोलन दा दौरान जिहड़ियां पैदा होईआं ने गल्लां उह अजे रहिंदियां बाकी ने ਉਹਨਾਂ ਬਾਰੇ ਪ੍ਰਧਾਨ ਮੰਤਰੀ ਨੂੰ ਅਸੀਂ ਪਿਛਲੇ ਦਿਨੀ ਚਿੱਠੀ ਲਿਖ ਕੇ ਭੇਜੀ ਹੈ ਕਿ ਇਹਨਾਂ ਦਾ ਨਿਪਟਾਰਾ ਵੀ ਕੀਤਾ ਜਾਵੇ ਪਰ ਸਰਕਾਰ ਵੱਲੋਂ ਬਜਾਏ ਉਹ ਨਿਪਟਾਰਾ ਬੈਠ ਕੇ ਕਰਨ ਦੇ ਟੁੱਟਵੀਆਂ ਗੱਲਾਂ ਉੱਧਰ ਆ ਰਹੀਆਂ ਨੇ ਕਿ ਇਹ ਮਸਲੇ ਦਾ ਇਹ ਹੱਲ ਕੱਢ ਲਾਂਗੇ ਠੋਸ ਨਿਪਟਾਰਾ ਅਜੇ ਨਹੀਂ ਬਣ ਰਿਹਾ ਜਿਹਦੇ 'ਤੇ ਜਿਹਦੇ ਕਰਕੇ ਯਾਨੀ ਵੱਖ ਵੱਖ ਕਿਸਮ ਦੀਆਂ ਚਰਚਾਵਾਂ ਚੱਲਦੀਆਂ ਨੇ ਕਿ ਸਰਕਾਰ ਆਹ ਗੱਲ ਮੰਨ ਗਈ ਮੋਰਚਾ 1 ਤਰੀਕ ਨੂੰ ਉੱਠ ਜੂਗਾ ਮੋਰਚਾ 2 ਤਰੀਕ ਨੂੰ ਉੱਠ ਜੂਗਾ ਇਸ ਤਰ੍ਹਾਂ ਦੀਆਂ ਅਫਵਾਹਾਂ ਹੀ ਹੁੰਦੀਆਂ ਨੇ ਪਰ ਇਸ ਕਿਸਮ ਦੀਆਂ ਅਫਵਾਹਾਂ ਤੋਂ ਉੱਠਣ ਵਾਸਤੇ ਤਾਹੂ ਹੋਣਾ ਜਾਣ ਵਾਸਤੇ ਤਾਹੂ ਹੋਣਾ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਸਾਨੂੰ ਬੈਠਣਾ ਚਾਹੀਦਾ ਸਥਿਰ ਤੌਰ 'ਤੇ ਅਤੇ ਲੰਮਾ ਬੈਠਣ ਦੀ ਤਿਆਰੀ ਰੱਖਣੀ ਚਾਹੀਦੀ ਹੈ ਜਿੰਨਾ ਚਿਰ ਤੱਕ ਸਾਨੂੰ ਤਸੱਲੀ ਬਖਸ਼ ਸਾਡੀ ਉਹਨਾਂ ਮੰਗਾਂ 'ਤੇ ਤਸੱਲੀ ਬਖਸ਼ ਨਿਪਟਾਰੇ ਦੀ ਗੱਲ ਸਾਡੇ ਹੱਥਾਂ 'ਚ ਨਹੀਂ ਆਉਂਦੀ ਉਹਨਾਂ ਚਿਰ ਤੱਕ ਸਾਨੂੰ ਬੈਠਣ ਦਾ ਮਨ ਬਣਾਉਣਾ ਚਾਹੀਦਾ ਅਤੇ ਇਹਨਾਂ ਦਾ ਵੀ ਨਿਪਟਾਰਾ ਹੋ ਸਕਦਾ। ਦੂਜੀ ਗੱਲ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਉਹਦੇ ਵਿੱਚ ਵੀ MSP ਦੇ ਹੋਰ ਚਰਚਾਵਾਂ ਹੋਣੀਆਂ ਨੇ ਮੁੱਦਿਆਂ 'ਤੇ ਜਿੱਥੇ MSP ਦਾ ਸਵਾਲ ਹੈ ਭਾਵੇਂ ਕਮੇਟੀ ਬਣਾਉਣ ਦੀ ਗੱਲ ਉੱਧਰੋਂ ਵਾਰ ਵਾਰ ਆ ਰਹੀ ਹੈ ਪਰ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਦੀ ਇਹ 'ਤੇ MSP ਦਾ ਕਾਨੂੰਨ ਬਣਾਉਣ ਦੀ ਕੋਈ ਨੀਅਤ ਹੈ। ਕਮੇਟੀਆਂ ਪਹਿਲਾਂ ਵੀ MSP 'ਤੇ ਬਹੁਤ ਬਣੀਆਂ ਨੇ ਉਹ ਕਮੇਟੀਆਂ ਬਣ ਕੇ ਰਹਿ ਜਾਂਦੀਆਂ ਨੇ ਇਹ ਕਮੇਟੀ ਦੀ ਕੀ ਅਮਲਦਾਰੀ ਹੋਊ ਇਹ ਤੋਂ ਸਾਨੂੰ ਚੰਗੀ ਤਰ੍ਹਾਂ ਵਾਕਫ ਹੋਣਾ ਚਾਹੀਦਾ ਇਹਨੇ MSP ਦੇ ਕਾਨੂੰਨ ਦੇ ਵਧਾਰੇ ਵੱਲ ਕਿੰਨਾ ਕੁ ਵਧਣਾ ਉਹ ਕਿੰਨਾ ਕੁ ਇਹਦੇ ਵਿੱਚੋਂ ਕੁਛ ਹਾਸਲ ਹੋ ਜਾਣਾ ਇਹਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਐਂ ਕਿਹਾ ਜਾ ਸਕਦਾ ਵੀ MSP ਵਾਲੀ ਲੜਾਈ ਤਾਂ ਸਾਨੂੰ ਲੜਨੀ ਪੈਣੀ ਹੈ। ਬਾਕੀ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਵਿੱਚ ਇਹਨਾਂ ਗੱਲਾਂ 'ਤੇ ਕਾਫੀ ਚਰਚਾ ਹੋਣੀ ਹੈ 4 ਤਰੀਕ ਦੀ ਮੀਟਿੰਗ ਹੈ ਬਾਕੀ ਦੀਆਂ ਮੰਗਾਂ 'ਤੇ ਸੰਯੁਕਤ ਮੋਰਚੇ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਰਾਵਾਂ ਸਾਂਝੀਆਂ ਕੀਤੀਆਂ ਜਾਣਗੀਆਂ ਉੱਥੇ ਕੀ ਨਿਪਟਾਰਾ ਹੁੰਦਾ ਹੈ ਉਹਦੇ ਬਾਰੇ ਅਗਲੀ ਰਣਨੀਤੀ ਬਣਾਈ ਜਾਊਗੀ। ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ ਨੇ ਪਰ ਅਜੇ ਵੀ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ
ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ.com ਕਾਨੂੰਨ ਜਾਇਦਾਦ ਦਾ।